ਜਦੋਂ ਮੇਰਾ ਬੇਟੇ ਨੇ ਪਲੱਸ ਟੂ ਕੀਤੀ ਉਸ ਤੋਂ ਬਾਅਦ ਮੈਂ ਕਿਹਾ ਉਹਨਾਂ ਨੂੰ ਬਾਹਰ ਪੜ੍ਹਾਉਣਾ ਉਦੋਂ ਤੱਕ ਅਸੀਂ ਪੀਆਰ ਹੋ ਚੁੱਕੇ ਸੀਗੇ ਤੇ ਪੀਆਰ ਵੀ ਅਸੀਂ ਇਸੇ ਕਰਕੇ ਲਿੱਤੀ ਸੀਗੀ ਕਿ ਅਸੀਂ ਬੱਚਿਆਂ ਨੂੰ ਬਾਹਰਲੀ ਲਾਈਫ ਦੇ ਵਿੱਚ ਲਿਜਾ ਕੇ ਹੀ ਕੁਛ ਸਿਖਾ ਸਕਦੇ ਹਾਂ ਇੱਥੇ ਤਾਂ ਹਰ ਪਾਸੇ ਸਾਰੇ ਕਹਿੰਦੇ ਹਾਂਜੀ ਹਾਂਜੀ ਸਾਰੇ ਉਹਨਾਂ ਦਾ ਕੰਮ ਕਰਦੇ ਅੱਛਾ ਉਹਨਾਂ ਦਾ ਬੇਟਾ ਆ ਗਿਆ ਲੈ ਮੈਂ ਕਰ ਦਿੰਦਾ ਮੈਂ ਚੱਕ ਦਿੰਦਾ ਮੈਂ ਕਹਿੰਦੀ ਇੱਥੇ ਨਹੀਂ ਕਰ ਸਕਦਾ ਬਾਹਰ ਜਾ ਕੇ ਫਿਰ ਮੇਰੇ ਬੇਟੇ ਨੇ ਉਹਨੂੰ ਮੈਟਲ ਵਰਕਸ ਦੇ ਵਿੱਚ ਉਹਨੇ ਸਾਊਂਡ ਇੰਜੀਨੀਅਰਿੰਗ ਕੀਤੀ ਅਸੀਂ ਉਹਨੂੰ ਗੱਡੀ ਨਹੀਂ ਦਿੱਤੀ ਪਹਿਲਾਂ ਲੈ ਕੇ ਉਹਨੇ 7 ਮਹੀਨੇ 3 ਬੱਸਾਂ ਬਦਲਦਾ ਸੀ ਆਪਣੇ ਕਾਲਜ ਤੱਕ ਜਾਣ ਵਾਸਤੇ ਸਨੋਅ ਪਈ ਹੁੰਦੀ ਸੀ ਸਨੋਅ ਦੇ ਵਿੱਚ ਤੁਰ ਕੇ ਜਾਣਾ ਪਹਿਲਾਂ ਉਹਨੇ ਬੱਸ ਲੈਣੀ ਫਿਰ ਦੂਜੀ ਬੱਸ ਲੈਣੀ ਤੀਜੀ ਲੈਣੀ ਜਾ ਕੇ 2 ਘੰਟੇ 'ਚ ਆਪਣੇ ਉੱਥੇ ਪਹੁੰਚਦਾ ਹੁੰਦਾ ਸੀਗਾ ਜਿਹੜੇ ਕੋਈ ਉੱਥੇ ਕਲਾਕਾਰ ਗਏ ਹੁੰਦੇ ਸੀ ਉਹਨਾਂ ਨੇ ਕਹਿਣਾ ਮੈਂ ਤੁਹਾਡੇ ਨਾਲ ਗਿਟਾਰ ਪਲੇ ਕਰੂੰਗਾ ਸਟੇਜ 'ਤੇ ਜਾਣਾ ਜੋ ਉਹਨੂੰ ਮਿਲਣਾ ਉਹਨੇ ਉਹਦੇ ਨਾਲ ਆਪਣਾ ਖਰਚਾ ਖੁਰਚਾ ਕਰਨਾ ਮਤਲਬ ਕਿ ਫਿਰ ਉਹਨੇ ਜ਼ਿੰਦਗੀ ਨੂੰ ਸਿੱਖਿਆ